ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਦਿਵਾਲੀ 'ਤੇ ਸਮੂਹ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਪਰਮਾਤਮਾ ਹਰੇਕ 'ਤੇ ਆਪਣੀ ਮਿਹਰ ਕਿਰਪਾ ਰੱਖੇ ਅਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਖੁਸ਼ੀਆਂ ਅਤੇ ਖੇੜਿਆਂ ਭਰਪੂਰ ਸਾਰਿਆਂ ਦਾ ਹੋਵੇ। ਜਿੱਥੇ ਦਿਵਾਲੀ ਸ਼੍ਰੀ ਰਾਮ ਚੰਦਰ ਜੀ ਦੇ ਬਨਵਾਸ ਕੱਟਣ ਤੋਂ ਬਾਅਦ ਅਯੁੱਧਿਆ ਵਾਪਸ ਆਉਣ 'ਤੇ ਬੜੇ ਹਰਸ਼ੋ ਉਲਾਸ ਨਾਲ ਮਨਾਈ ਗਈ, ਉੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਹੋਰ 52 ਰਾਜਿਆਂ ਨੂੰ ਛਡਾ ਕੇ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ ਅਤੇ ਉਸ ਤੋਂ ਲੈ ਕੇ ਹੁਣ ਤੱਕ ਬਹੁਤ ਉਤਸ਼ਾਹ ਦੇ ਨਾਲ, ਬਹੁਤ ਖੁਸ਼ੀ ਦੇ ਨਾਲ ਅਤੇ ਦੀਪਮਾਲਾ ਅਤੇ ਹਰੇਕ ਦੇ ਮਨ ਦੇ ਵਿੱਚ ਜਿਹੜੀ ਖੁਸ਼ੀ ਇਸ ਤਿਉਹਾਰ 'ਤੇ ਹੁੰਦੀ ਹੈ, ਉਹ ਇਹੀ ਅਸੀਂ ਆਸ ਰੱਖਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਸ਼ਿਆਂ ਤੋਂ ਰਹਿਤ ਹੋਵੇ। ਵਧੀਆ ਲੋਕ ਮਿਹਨਤ ਕਰਕੇ ਜਿੱਥੇ ਸਾਡੇ NRI ਵੀਰਾਂ ਨੇ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਨਾਂ ਪੈਦਾ ਕੀਤਾ ਹੈ, ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਵੀ ਉਹ ਖੁਸ਼ੀਆਂ ਅਤੇ ਖੇੜਿਆਂ ਦੇ ਭਰਪੂਰ 'ਚ ਸਾਰੇ NRI ਵੀਰ ਜੋ ਪੰਜਾਬ ਦੇ ਨੇ ਉਹ ਰਹਿਣ। ਅਤੇ ਜਿਹੜੀ ਦਿਵਾਲੀ ਆਪਾਂ ਇੱਥੇ ਮਨਾਉਂਦੇ ਹਾਂ ਉਹਦੇ 'ਚ ਇਨਵਾਇਰਮੈਂਟ ਤੋਂ ਕਈ ਗੱਲਾਂ ਦੀ ਜਿਹੜੀ ਅੱਜ ਕੱਲ੍ਹ ਗੱਲ ਹੋ ਰਹੀ ਆ ਉਹ ਵੀ ਜ਼ਰੂਰੀ ਆ ਕਿ ਆਪਾਂ ਘੱਟ ਤੋਂ ਘੱਟ ਜਿਹੜਾ ਦੂਸ਼ਿਤ ਜਿਹੜਾ ਆ ਆਪਾਂ ਇਨਵਾਇਰਮੈਂਟ ਨੂੰ ਵਾਤਾਵਰਨ ਨੂੰ ਕਰੀਏ, ਕਿਉਂਕਿ ਬਚਾਅ ਉਹਦੇ ਵਿੱਚ ਹੀ ਆ। ਇਹ ਨਹੀਂ ਆਪਾਂ ਘੰਟੇ ਦੀ ਅੱਧੇ ਘੰਟੇ ਦੀ ਖੁਸ਼ੀ ਦੇ ਲਈ ਆਪਾਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਮਾੜੇ ਪਾਸੇ ਜਾਂ ਉਹਨਾਂ ਲਈ ਇਹ ਧਰਤੀ ਜਿਹੜੀ ਆ ਉਹ ਵਧੀਆ ਨਾ ਛੱਡ ਕੇ ਜਾਈਏ। ਇਸ ਕਰਕੇ ਜਿਹੜੇ ਪਟਾਕੇ ਆ ਜਾਂ ਹੋਰ ਚੀਜ਼ਾਂ ਆ ਬਹੁਤ ਸੰਕੋਚ ਦੇ ਨਾਲ ਅਤੇ ਉਹੀ ਵਰਤਣੇ ਚਾਹੀਦੇ ਆ ਜਿਹੜੇ ਬਾਹਰ ਇਨਵਾਇਰਮੈਂਟ ਨੂੰ ਵਾਤਾਵਰਨ ਨੂੰ ਆਪਣੇ ਨੂੰ ਖਰਾਬ ਨਾ ਕਰਨ। ਅਤੇ ਆਪਾਂ ਖਾਣ ਪੀਣ ਦਾ ਵੀ ਉਹੀ ਰੱਖਣਾ ਚਾਹੀਦਾ ਹੈ ਕਿ ਜਿਹੜੀਆਂ ਸਿੰਥੈਟਿਕਸ ਜਿਹੜੀਆਂ ਕੋਈ ਆਪਣੇ ਮਿਠਾਈਆਂ ਹੈ ਉਹ ਤੋਂ ਬਚ ਕੇ ਫਰੂਟ ਵਗੈਰਾ ਜਾਂ ਹੋਰ ਮਿਠਾਈਆਂ ਜਾਂ ਹੋਰ ਚੀਜ਼ਾਂ ਉਹਨਾਂ ਨੂੰ ਵੱਧ ਤੋਂ ਵੱਧ ਵਰਤਣਾ ਚਾਹੀਦਾ। ਮੈਂ ਸਾਰੇ ਪੰਜਾਬੀਆਂ ਦਾ, ਦੇਸ਼ ਵਾਸੀਆਂ ਦਾ, ਸਾਰੇ NRI ਵੀਰਾਂ ਨੂੰ ਦਿਵਾਲੀ 'ਤੇ ਲੱਖ ਲੱਖ ਵਧਾਈ ਦਿੰਦਾ।